smoking and consumption of alcohol are injurious to health. सरपंच साहब मैं थोड़ी गल नाल सहमत हां भी होली मनाउनी चाहिदी आ पर किसे नु नुकसान पहुंचा के नहीं आ देख लो नीलम भाभी ते राजवीर वीरे दा की हाल कीता इन्हां ने पंच होण दे नाते मेरा फर्ज बनदा पहला मैं थोड़ी पूरी गल चंगी तरह समझा आखर थोड़ा रौला की है रौला तां तुहाडे सामने ही है सरपंच साहब जे राजू ने राजवीर वीर जी दे नाल बदतमीजी कीती है तां ही तां मेरे हस्बैंड ने उहनां दे मारे पंच साहब मैं जान वजह कुछ नहीं कीता जी मैं तां दोस्तां नाल होली खेड रहे सी ये तां चन की बच्चा गई तू झूठ बोलदा ओए ਤੂੰ ਨਸ਼ੇ 'ਚ ਟੁੰਨ ਸੀ ਜਾਣ ਬੁੱਝ ਕੇ ਕੀਤਾ ਤਾ ਇਹ ਕੰਮ ਸਰਪੰਚ ਸਾਹਿਬ ਮੈਂ ਜੋ ਕੁਛ ਕਹਿਣਾ ਸੀ ਕਹਿੰਦਾ ਸੀ ਬਾਕੀ ਉੱਥੇ ਨੇੜੇ ਤੇੜੇ ਪੁੱਛ ਲਓ ਨੇੜੇ ਤੇੜੇ ਵਾਲੇ ਨਾ ਤੈਨੂੰ ਸਾਰੇ ਜਾਣਦੇ ਆ ਤੂੰ ਇਹਨਾਂ ਤੋਂ ਨਫ਼ਰਤ ਕਰਦਾ ਕਿਉਂਕਿ ਇਹ ਤੈਨੂੰ ਨਸ਼ੇ ਤੋਂ ਰੋਕਦੇ ਆ ਹਾਂ ਨਸ਼ਾ ਕਰਦਾ ਉਹਦੇ ਪੈਸੇ ਦਾ ਕਰਦਾ ਸੋਨੂੰ ਕੀ ਆਵਾਜ਼ ਨੀਵੀਂ ਰੱਖੋ ਏ ਨਹੀਂ ਤਾਂ ਜਾਣਦਾ ਨਾ ਮੇਰਾ ਸਵਾ ਦੇਖੋ ਲੜੋ ਨਾ ਮੈਨੂੰ ਸਾਰੀ ਗੱਲ ਖੁੱਲ ਕੇ ਦੱਸੋ ਸਰਪੰਚ ਸਾਹਿਬ ਹਫ਼ਤਾ ਕੁ ਪਹਿਲਾਂ ਦੀ ਗੱਲ ਆ चल कोई नी पुत ए सौ कुत्ते भौंकदे अपने ते चल चलिए तेरा चाचा डीकदा हो फोन भी नहीं कर सकते दोवें फोन भाभी को हां हां फोन ना गलती नाल मेरे पर्स च आ गया फिर हुण की कीता जावे इंतजार माई डियर इंतजार और कुछ हो ही नहीं सकता ठीक है जी थोड़ा हुक्म सिर मत्थे सॉरी यार रास्ते च लेट हो गया क्यों कोई प्रॉब्लम हो गई सी और राजू आना चाचू राजू उन्हें नहीं कुछ नहीं आओ आप लेट हो गया चलो चलिए आ वीर जी कोई सीरियस मैटर तो नहीं उन्हें नहीं चलो आप लेट हो गया चलिए ਕਾਫੀ ਬਣਾਵਾਂਗੇ ਠਹਿਰ ਕੇ ਪੀਓਗੇ ਹਜੇ ਨਹੀਂ ਹਜੇ ਦਿਲ ਨਹੀਂ ਕਰਦਾ ਰਹਿਣ ਦੋ ਠਹਿਰ ਕੇ ਬਣਾ ਮੇਰੀ ਗੱਲ ਸੁਣੋ ਜੀ ਹੋਲੀ ਵਾਲੇ ਦਿਨ ਮੇਰੇ ਘਰੇ ਚੱਲੀਏ ਮੇਰੀ ਭੈਣ ਸਰੀਤਾ ਵੀ ਖੁਸ਼ ਹੋ ਜੂ ਅਗਰ ਤੇਰੀ ਭੈਣ ਨੇ ਮੇਰੇ ਨਾਲ ਹੋਲੀ ਖੇਲਣੀ ਆ ਤਾਂ ਉਹ ਵੀ ਆ ਜੇ ਮੈਂ ਤਿਆਰ ਆ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਜਾਣਾ ਨਹੀਂ ਯਾਰ ਇਹਦੇ 'ਚ ਗੁੱਸੇ ਹੋਣ ਵਾਲੀ ਕੀ ਗੱਲ ਆ ਮੈਂ ਬਿਜ਼ੀ ਆਂਗਾ ਔਖਾ ਹੋ ਜੂ ਜਾਣਾ ਠੀਕ ਹੈ ਜੀ ਤੁਸੀਂ ਔਖੇ ਨਾ ਹੋਵੋ ਮੈਂ ਆਪਣੀ ਭੈਣ ਨੂੰ ਹੀ ਇੱਥੇ ਬੁਲਾ ਲੂੰਗੀ ਹਾਂ ਆ ਹੋਈ ਨਾ ਸਿਆਣੀ ਘਰ ਵਾਲੀ ਵਾਲੀ ਗੱਲ ਹੁਣ ਪਲਾ ਕਾਫੀ ਠੀਕ ਹੈ ਜੀ ਤੁਹਾਡਾ ਹੁਕਮ ਮੰਨਣਾ ਹੀ ਪਊਗਾ ਤੁਹਾਨੂੰ ਪਿਆਰ ਜੋ ਕਰਦੀ ਆ ਪਿਆਰ ਤਾਂ ਮੈਂ ਵੀ ਤੈਨੂੰ ਬਹੁਤ ਕਰਦਾ ਪਰ ਕੀ ਕਰਾਂ ਕੰਮ ਦੇ ਰਜੇ ਨਹੀਂ ਬਹੁਤ ਆ ਕੰਮ ਦੇ ਰਜੇ ਵਿੱਚ ਕਿਤੇ ਮੈਨੂੰ ਨਾ ਭੁੱਲ ਜਿਓ ਤੈਨੂੰ ਲੱਗਦਾ ਵੀ ਮੈਂ ਕਦੇ ਤੈਨੂੰ ਭੁੱਲ ਜੂ ਕਦੇ ਵੀ ਨਹੀਂ ਡੈਡੀ ਪਰਸੋਂ ਨੂੰ ਹੋਲੀ ਆ ਮੈਨੂੰ ਰੰਗ ਚਾਹੀਦੇ ਆ ਉਹ ਵੀ ਬਹੁਤ ਸਾਰੇ ਤੋ ਬਹੁਤ ਸਾਰੇ ਰੰਗ ਕੀ ਕਰਨੇ ਉਹ ਤਾਂ ਕਿਸ ਦੀ ਅੱਖ ਮੂੰਹ ਚ ਪਾ ਦੇਗਾ ਪੰਗਾ ਛੇੜ ਕੇ ਰੱਖ ਦੇਗਾ ਵੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਬਹੁਤ ਸਾਰੇ ਚਾਹੀਦੇ ਆ ਉਹ ਤੇਰੀ ਮਾਂ ਨੂੰ ਪਤਾ ਮੰਮੀ ਤੁਸੀਂ ਕਹੋ ਨਾ ਡੈਡੀ ਨੂੰ ਦਵਾ ਦੋ ਕੋ ਬੱਚੇ ਨੂੰ ਰੰਗ ਸਾਲ ਚ ਇੱਕ ਵਾਰੀ ਤਾਂ ਇਹ ਤਿਹਾੜ ਆਉਂਦਾ ਫਿਰ ਕੀ ਹੋ ਜੂ ਜੇ ਪੈਸੇ ਲੱਗ ਜਾਣਗੇ ਥੋੜੇ ਜੇ ਉਹ ਗੱਲ ਪੈਸੇ ਦੇ ਨਹੀਂ ਭਗਵਾਨ ਨੇ ਕਈ ਵਾਰੀ ਨਾ ਬੱਚੇ ਇੱਕ ਦੂਜੇ ਦੀ ਅੱਖਾਂ ਚ ਰੰਗ ਪਾ ਲੈਂਦੇ ਆ ਬਹਾਨੇ ਛੱਡੋ ਨੀਰਜ ਨੂੰ ਰੰਗ ਦਵਾ ਕੇ ਲਿਆਓ ਜਿਹੜੇ ਮੰਗਦਾ ਗੱਲ ਸਮਝੀ ਨਹੀਂ ਹੁੰਦੀ ਉਹ ਤਾਂ ਬੱਚਾ ਤੂੰ ਤਾਂ ਸਿਆਣੀ ਆ ਚਲੋ ਆ ਬਾਕੀ ਗੱਲ ਆ ਕੇ ਕਰੂੰਗਾ ਮੰਮੀ ਚਲ ਡੈਡੀ ਨਾ ਮੰਨਿਆ ਫੇਰ ਤੂੰ ਘਬਰਾ ਨਾ ਪੁੱਤ ਮੈਂ ਆਪੇ ਸਮਝਾਉਂ ਤੇਰੇ ਡੈਡੀ ਨੂੰ ਕੀ
ਕੀ ਗੱਲ ਬੜੀ ਖੁਸ਼ ਨਜ਼ਰ ਆ ਰਹੀ ਆ ਅੱਜ ਮੇਰੀ ਭੈਣ ਆ ਰਹੀ ਹੈ ਨੈਣੇ ਬੱਸ ਸਟੈਂਡ ਤੋਂ ਲੈ ਆਇਓ ਉਹਨਾਂ ਨੂੰ ਕਿੰਨੇ ਕੁ ਵਜੇ ਤੱਕ ਆ ਜੂਗੀ ਸਰੀਤਾ 2 ਕੁ ਵਜੇ ਤੱਕ ਆ ਜੂਗੀ ਉਹ ਤੁਹਾਨੂੰ ਫੋਨ ਕਰੂਗੀ ਚਲੇ ਜਾਇਓ ਲੈਣ ਠੀਕ ਆ ਜੀ ਹੋਰ ਕੋਈ ਹੁਕਮ ਹੁਕਮ ਨਹੀਂ ਬੇਨਤੀ ਹੈ ਜੀ ਕੱਲ ਨੂੰ ਪੂਰਾ ਦਿਨ ਛੁੱਟੀ ਕਰ ਲਿਓ ਠੀਕ ਆ ਕਰ ਲੂੰਗਾ ਹੁਣ ਜਾ ਸਕਦਾ ਹਾਂ ਹਾਂਜੀ ਹਾਂਜੀ ਜਾਓ ਮੇਰੀ ਤਾਂ ਹੋਲੀ ਖੇਲਣੀ ਲੱਗਦੀ ਪੂਰੀ ਤਿਆਰੀ ਆ ਖਾਣ ਪੀਣ ਦਾ ਵੀ ਪ੍ਰਬੰਧ ਆ ਰਗੜਾ ਬਣਾ ਕੇ ਪੀਵਾਂਗੇ ਨਜ਼ਾਰਾ ਆ ਜੂ ਨਜ਼ਾਰਾ ਤਾਂ ਅਜੂ ਦੇਖੀ ਕਿਤੇ ਕੋਈ ਪੰਗੇ ਹੀ ਨਾ ਪੈ ਜਾਏ ਉਹ ਪੈਂਦਾ ਤਾਂ ਪੈ ਜਾਣ ਦੇ ਮੈਂ ਕਿਹੜਾ ਕਿਸ ਤੋਂ ਡਰਦਾ ਡਰਦੇ ਤਾਂ ਬਾਈ ਆਪਾਂ ਕਿਸੇ ਤੋਂ ਨਹੀਂ ਆਪਣੀ ਹਰਕਤਾਂ ਕਰਕੇ ਲੋਕ ਆਪਣੇ ਖਿਲਾਫ ਬਹੁਤ ਆ ਕਿਉਂ ਡਰੀ ਜਾਂਦਾ ਯਾਰ ਜੋ ਹੋ ਦੇਖੀ ਹੋ ਮੈਂ ਤੇਰੇ ਨਾਲ ਆਗਾ ਜੇ ਗੱਲ ਆ ਕੱਲ ਨੂੰ ਆਪਾਂ ਪੂਰੀ ਧੂਮ ਮਚਾ ਦਾਂਗੇ ਮੈਥੋਂ ਤਾਂ ਯਾਰ ਕੱਲ ਆਇਆ ਨਹੀਂ ਜਾਣਾ ਮੈਂ ਤਾਂ ਆਪਦੀ ਮਾਸੀ ਕੋਲੇ ਜਾਣਾ ਤੁਸੀਂ ਲਓ ਨਜ਼ਾਰੇ ਚੱਲ ਠੀਕ ਆ ਕੋਈ ਗੱਲ ਨਹੀਂ ਫਿਰ ਮੈਂ ਕੋ ਦੇ ਉਹਨੂੰ ਬੁਲਾ ਲੂੰ ਬਾਜੋ ਤੁਸੀਂ ਜਾਣਾ ਕੀ ਗੱਲ ਹੋ ਗਈ ਇੰਨਾ ਐਮਰਜੈਂਸੀ ਫੋਨ ਕਰਕੇ ਮੈਨੂੰ ਘਰੇ ਬੁਲਾਇਆ ਮੰਮੀ ਦੀ ਅਚਾਨਕ ਤਬੀਅਤ ਬਹੁਤ ਖਰਾਬ ਹੋ ਗਈ ਸਰੀਤਾ ਦਾ ਫੋਨ ਆਇਆ ਸੀ ਮੈਨੂੰ ਫਿਕਰ ਹੋ ਰਹੀ ਸੀ ਵੀ ਸਰੀਤਾ ਦਾ ਫੋਨ ਕਿਉਂ ਨਹੀਂ ਆਇਆ ਮੈਂ ਤਾਂ ਉਹਨੂੰ ਫੋਨ ਲਾ ਕੇ ਪੁੱਛਣ ਹੀ ਲੱਗਿਆ ਸੀ ਚਲੋ ਆਪਾਂ ਚੱਲਦੇ ਹਾਂ 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 ਚੱਲ ਜੇ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਏਟੀਐਮ ਨਾਲ ਲੈ ਲਈ ਜੇ ਲੋੜ ਪਈ ਤਾਂ ਪੈਸੇ ਆਪਾਂ ਉੱਥੇ ਹੀ ਕਢਾ ਲਾਂਗੇ ਠੀਕ ਆ ਫਿਰ ਚੱਲ ਫਟਾਫਟ ਰਾਜੀਵ ਦਾ ਫੋਨ ਆਇਆ ਸੀ ਉਹਦੀ ਸੱਸ ਬਹੁਤ ਬਿਮਾਰ ਆ ਉਹ ਤਾਂ ਉੱਥੇ ਵਗ ਗਿਆ ਅੱਛਾ ਜੀ ਉਹ ਤਾਂ ਵਿਚਾਰਾ ਹੋਲੀ ਮਨਾਉਣ ਦੀ ਤਿਆਰੀ 'ਚ ਸੀ ਨਾਲੇ ਉਹਦੀ ਸਾਲੀ ਵੀ ਆ ਰਹੀ ਸੀ ਹਾਂ ਉਹਦੀ ਸਾਲੀ ਨੇ ਤਾਂ ਆਉਣੀ ਸੀ ਅਚਾਨਕ ਵਿੱਚ ਇਹ ਭਾਣਾ ਵਰਤ ਗਿਆ ਮਾੜਾ ਹੋਇਆ ਪਿਛਲੇ ਸਾਲ ਹੋਲੀ ਵੇਲੇ ਉਹ ਕਵਿਤਾ ਦੇ ਡੈਡੀ ਪੂਰੇ ਹੋ ਗਏ ਸੀ ਹਾਰਟ ਅਟੈਕ ਨਾਲ ਇਸ ਵਾਰ ਰੱਬ ਕਰਕੇ ਕੁਛ ਨਾ ਹੋਵੇ ਪਿਛਲੀ ਵਾਰੀ ਤਾਂ ਉਹਨਾਂ ਦੀ ਵਿਚਾਰੇ ਦੀ ਪੂਰੀ ਹੋਲੀ ਖਰਾਬ ਹੋ ਗਈ ਸੀ ਰੱਬ ਭਲੀ ਕਰੇ ਇਸ ਵੇਲੇ ਨਾ ਹੋਲੀ ਸੁੱਖ ਸ਼ਾਂਤੀ ਨਾਲ ਨਿਕਲੇ ਮਜ਼ਾ ਆ ਗਿਆ ਬਾਈ ਭੰਗਣੇ ਤਾਂ ਰੰਗ ਹੀ ਜਮਾਦਾ ਕਿਉਂ ਰੰਗ ਤਾਂ ਫਿਰ ਜੰਮਣਾ ਹੀ ਸੀ ਸਪਾਈਸਰ ਰਗੜਾ ਤਿਆਰ ਕੀਤਾ ਸੀ ਤਾਂ ਹੀ ਤਾਂ ਬਾਈ ਮੈਂ ਰੱਜ ਕੇ ਪੀ ਗਿਆ ਧੁੰਦਲਾ ਧੁੰਦਲਾ ਸੀਗਾ ਧਿਆਨ ਨਾ ਬਿੰਦਿਆ ਦੇਖੀ ਕਿਤੇ ਮੂੰਹ ਸਿਰ ਨਾ ਭਣਾਲੀ ਡਿੱਗ ਕੇ ਆਪਾਂ ਬਾਈ ਲੋਕਾਂ ਦੇ ਮੂੰਹ ਭੰਨੀ ਦੇ ਆਪ ਕਦੇ ਜ਼ਖਮੀ ਨਹੀਂ ਹੁੰਦੇ ਕੀ ਬੱਤ ਬੀਠੀ ਆ ਓਏ ਮੈਂ ਕਿਹੜਾ ਜਾਣ ਬੁੱਝ ਕੇ ਪਾਇਆ ਅਚਾਨਕ ਪੈ ਗਿਆ ਰੰਗ ਅਚਾਨਕ ਤੇ ਲੱਗਦੇ ਜੇ ਸਾਡੇ ਸੱਟਾਂ ਲੱਗ ਜਾਂਦੀਆਂ ਉਹ ਤੂੰ ਬਚ ਗਿਆ ਨਾ ਤੁਰਦਾ ਫਿਰਦਾ ਲੱਗ ਨਹੀਂ ਤਾਂ ਨਹੀਂ ਤਾਂ ਕੀ ਓਏ ਸਮਝ ਗਏ ਸਰਪੰਚ ਸਾਹਿਬ ਕਿਹਦਾ ਕਸੂਰ ਆ ਇਹ ਤੇਰੇ ਲਈ ਬਹੁਤ ਮਾੜੀ ਗੱਲ ਆ ਰਾਜੂ ਨੌਜਵਾਨ ਤਾਂ ਦੇਸ਼ ਦਾ ਭਵਿੱਖ ਹੁੰਦੇ ਨੇ ਜੇ ਤੁਸੀਂ ਦੇਸ਼ ਨੂੰ ਖਰਾਬ ਕਰੋਗੇ ਤਾਂ ਤੁਹਾਡੇ ਨਾਲ ਨਾਲ ਦੇਸ਼ ਵੀ ਖਤਮ ਹੋ ਜੂ ਬਾਕੀ ਹੋਲੀ ਵਾਲੀ ਘਟਨਾ ਇਹ ਸਾਰਾ ਕਸੂਰ ਤੇਰਾ ਹੀ ਆ ਤੁਹਾਨੂੰ ਹੋਲੀ ਖੇਲਣ ਤੋਂ ਕੋਈ ਨਹੀਂ ਰੋਕਦਾ ਤੁਹਾਡੀ ਆਪਣੀ ਖੁਸ਼ੀ ਲਈ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣਾ ਬਹੁਤ ਗਲਤ ਗੱਲ ਆ ਯਾਰ ਸੋਚ ਕੇ ਦੇਖੋ ਆਪਾਂ ਇਨਸਾਨ ਆ ਤੇ ਚੰਗਾ ਇਨਸਾਨ ਉਹੀ ਹੁੰਦਾ ਜਿਹੜਾ ਦੂਜੇ ਦੀ ਖੁਸ਼ੀ ਬਾਰੇ ਸੋਚੇ ਨਾਲੇ ਹੋਲੀ ਦਾ ਤਿਉਹਾਰ ਤਾਂ ਖੁਸ਼ੀਆਂ ਦਾ ਤਿਉਹਾਰ ਆ ਇਹਨੂੰ ਯਾਰ ਖਰਾਬ ਨਾ ਕਰੋ ਸਾਨੂੰ ਕਹਿੰਦੇ ਰਲ ਮਿਲ ਕੇ ਪਿਆਰ ਨਾਲ ਮਨਾਓ ਆਪਣੇ ਪੁੱਤ ਵੱਲੋਂ ਮੈਂ ਮਾਫੀ ਮੰਗਦਾ ਅੱਗੇ ਤੋਂ ਇਹ ਕੋਈ ਵੀ ਗਲਤ ਹਰਕਤ ਨਹੀਂ ਕਰੂਗਾ ਇਸ ਗੱਲ ਦੀ ਗਰੰਟੀ ਮੈਂ ਲੈਣੀ ਆ ਕਿ ਅੱਜ ਤੋਂ ਬਾਅਦ ਮੇਰਾ ਪੁੱਤ ਕੋਈ ਝਗੜਾ ਨਹੀਂ ਕਰਦਾ ਹੁਣ ਤਾਂ ਤੈਨੂੰ ਬਹੁਤ ਸ਼ਰਮ ਆਉਂਦੀ ਹੋਊ ਨਾ ਤੇਰਾ ਬਾਪ ਸਾਰੇ ਅੱਗੇ ਹੱਥ ਜੁੜੀ ਜਾਂਦਾ ਅੱਜ ਮੈਨੂੰ ਸਮਝ ਆ ਗਈ ਵੀ ਸਾਰਿਆਂ ਦੀ ਖੁਸ਼ੀ ਵਿੱਚ ਹੀ ਆਪਦੀ ਖੁਸ਼ੀ ਆ ਤਾਂ ਕਰਕੇ ਮੈਨੂੰ ਮਾਫ ਕਰ ਦਿਓ ਲਓ ਜੀ ਇਹਨੂੰ ਤਾਂ ਇਹਦੀ ਗਲਤੀ ਦਾ ਅਹਿਸਾਸ ਹੋ ਗਿਆ ਦੱਸੋ ਹੁਣ ਇਹਨੂੰ ਕੀ ਸਜ਼ਾ ਦਈਏ ਇਹ ਫੈਸਲਾ ਤਾਂ ਮੇਰੇ ਵੱਡੇ ਵੀਰ ਜੀ ਕਰਨਗੇ ਸਰਪੰਚ ਸਾਹਿਬ ਇਹ ਆਪਦੇ ਕਿਤੇ ਦੇ ਸ਼ਰਮਿੰਦਾ ਇਹਦੀ ਇਹੀ ਸਜ਼ਾ ਜਲਦੀ ਚੱਲੋ ਜੀ ਆਪਾਂ ਵੀ ਤਾਂ ਹੋਲੀ ਖੇਲਣੀ ਆ ਹਾਂ ਹਾਂ ਚਲੋ